ਪੁਲਿਸ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਡਾਂਗਾ ਨਾਲ ਕੁੱਟਿਆ ਗਿਆ। ਆ ਤੁਸੀਂ ਵੇਖ ਸਕਦੇ ਜੀ ਉਸੇ ਤਰ੍ਹਾਂ ਬਾਹਾਂ ਤੇ ਮੀਲ ਪਏ ਆ। ਆ ਕੱਪੜੇ ਵੇਖੋ, ਕੱਪੜੇ ਸਾਰੇ ਪਾੜ ਦਿੱਤੇ ਗਏ ਆ। ਧੂ ਧੂ ਕੇ ਡਾਂਗਾ ਨਾਲ ਕੁੱਟਿਆ ਗਿਆ। ਤੇ ਇਹ ਉਦੋਂ ਕੋਈ ਨੇਤਾ ਕਰਦਾ ਆ ਜਦੋਂ ਉਹਨੂੰ ਡਰ ਹੋਵੇ, ਸੱਤਾ ਚੋਂ ਜਾਣ ਦਾ ਡਰ ਹੋਵੇ। ਨਰਿੰਦਰ ਮੋਦੀ ਨੂੰ ਲੋਕੀ ਸੱਤਾ ਚੋਂ ਬਾਹਰ ਕਰਨਗੇ। ਇੰਡੀਆ ਅਲਾਇੰਸ ਵਾਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਆ। ਇਹ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲੈਣ, ਸਾਨੂੰ ਜੇਲ੍ਹਾਂ 'ਚ ਬੰਦ ਕਰ ਲੈਣ। ਵੇਖੋ ਜਿਹੜੀ ਈਡੀ ਨੇ ਕਾਰਵਾਈ ਕੀਤੀ ਆ, ਉਹ ਨਰਿੰਦਰ ਮੋਦੀ ਦੇ ਬੀਜੇਪੀ ਸਰਕਾਰ ਦੇ ਇਸ਼ਾਰਿਆਂ ਤੇ ਕੀਤੀ ਆ। ਤੇ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਦਾ ਦਾਮਨ ਪਹਿਲਾਂ ਵੀ ਸਾਫ਼ ਤੇ ਪਾਕ ਸੀ, ਚਿੱਟੀ ਚਾਦਰ ਨੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ। ਤੇ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੈਣ, ਅਸੀਂ ਇਹਨਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ। ਅਸੀਂ ਆਪਣੇ ਮਹਿਬੂਬ ਨੇਤਾ ਦੀ ਖਾਤਰ ਭਾਵੇਂ ਸਾਨੂੰ ਆਪਣੇ ਸਿਰ ਵੀ ਦੇਣੇ ਪਏ, ਅਸੀਂ ਪਛਾਣ ਹੀ ਹਟਾਂਗੇ। ਤੇ ਅੱਜ ਵੀ ਅਸੀਂ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਂ। ਲੋਕਤੰਤਰ ਆ, ਸਾਡਾ ਹੱਕ ਆ। ਸਾਡੇ ਨੇਤਾ ਨੂੰ ਨਜਾਇਜ਼ ਜੇਲ੍ਹ 'ਚ ਬੰਦ ਕੀਤਾ ਗਿਆ ਆ, ਤੇ ਅਸੀਂ ਇੱਥੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸਾਂ। ਬੀਜੇਪੀ ਦੀ ਸ਼ਹਿ ਤੇ, ਨਰਿੰਦਰ ਮੋਦੀ ਦੇ ਸ਼ਹਿ ਤੇ ਪੁਲਿਸ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਡਾਂਗਾ ਨਾਲ ਕੁੱਟਿਆ ਗਿਆ। ਆ ਤੁਸੀਂ ਵੇਖ ਸਕਦੇ ਜੀ ਉਸੇ ਤਰ੍ਹਾਂ ਬਾਹਾਂ ਤੇ ਮੀਲ ਪਏ ਆ। ਆ ਕੱਪੜੇ ਵੇਖੋ, ਕੱਪੜੇ ਸਾਰੇ ਪਾੜ ਦਿੱਤੇ ਗਏ ਆ। ਧੂ ਧੂ ਕੇ ਡਾਂਗਾ ਨਾਲ ਕੁੱਟਿਆ ਗਿਆ। ਤੇ ਇਹ ਉਦੋਂ ਕੋਈ ਨੇਤਾ ਕਰਦਾ ਆ ਜਦੋਂ ਉਹਨੂੰ ਡਰ ਹੋਵੇ, ਸੱਤਾ ਚੋਂ ਜਾਣ ਦਾ ਡਰ ਹੋਵੇ। ਨਰਿੰਦਰ ਮੋਦੀ ਨੂੰ ਲੋਕੀ ਸੱਤਾ ਚੋਂ ਬਾਹਰ ਕਰਨਗੇ। ਇੰਡੀਆ ਅਲਾਇੰਸ ਵਾਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਆ। ਇਹ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲੈਣ, ਸਾਨੂੰ ਜੇਲ੍ਹਾਂ 'ਚ ਬੰਦ ਕਰ ਲੈਣ। ਪੁਲਿਸ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਡਾਂਗਾ ਨਾਲ ਕੁੱਟਿਆ ਗਿਆ। ਆ ਤੁਸੀਂ ਵੇਖ ਸਕਦੇ ਜੀ ਉਸੇ ਤਰ੍ਹਾਂ ਬਾਹਾਂ ਤੇ ਮੀਲ ਪਏ ਆ। ਆ ਕੱਪੜੇ ਵੇਖੋ, ਕੱਪੜੇ ਸਾਰੇ ਪਾੜ ਦਿੱਤੇ ਗਏ ਆ। ਧੂ ਧੂ ਕੇ ਡਾਂਗਾ ਨਾਲ ਕੁੱਟਿਆ ਗਿਆ। ਤੇ ਇਹ ਉਦੋਂ ਕੋਈ ਨੇਤਾ ਕਰਦਾ ਆ ਜਦੋਂ ਉਹਨੂੰ ਡਰ ਹੋਵੇ, ਸੱਤਾ ਚੋਂ ਜਾਣ ਦਾ ਡਰ ਹੋਵੇ। ਨਰਿੰਦਰ ਮੋਦੀ ਨੂੰ ਲੋਕੀ ਸੱਤਾ ਚੋਂ ਬਾਹਰ ਕਰਨਗੇ। ਇੰਡੀਆ ਅਲਾਇੰਸ ਵਾਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਆ। ਇਹ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲੈਣ, ਸਾਨੂੰ ਜੇਲ੍ਹਾਂ 'ਚ ਬੰਦ ਕਰ ਲੈਣ। ਵੇਖੋ ਜਿਹੜੀ ਈਡੀ ਨੇ ਕਾਰਵਾਈ ਕੀਤੀ ਆ, ਉਹ ਨਰਿੰਦਰ ਮੋਦੀ ਦੇ ਬੀਜੇਪੀ ਸਰਕਾਰ ਦੇ ਇਸ਼ਾਰਿਆਂ ਤੇ ਕੀਤੀ ਆ। ਤੇ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਦਾ ਦਾਮਨ ਪਹਿਲਾਂ ਵੀ ਸਾਫ਼ ਤੇ ਪਾਕ ਸੀ, ਚਿੱਟੀ ਚਾਦਰ ਨੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ। ਤੇ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੈਣ, ਅਸੀਂ ਇਹਨਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ। ਅਸੀਂ ਆਪਣੇ ਮਹਿਬੂਬ ਨੇਤਾ ਦੀ ਖਾਤਰ ਭਾਵੇਂ ਸਾਨੂੰ ਆਪਣੇ ਸਿਰ ਵੀ ਦੇਣੇ ਪਏ, ਅਸੀਂ ਪਛਾਣ ਹੀ ਹਟਾਂਗੇ। ਤੇ ਅੱਜ ਵੀ ਅਸੀਂ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਂ। ਲੋਕਤੰਤਰ ਆ, ਸਾਡਾ ਹੱਕ ਆ। ਸਾਡੇ ਨੇਤਾ ਨੂੰ ਨਜਾਇਜ਼ ਜੇਲ੍ਹ 'ਚ ਬੰਦ ਕੀਤਾ ਗਿਆ ਆ, ਤੇ ਅਸੀਂ ਇੱਥੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸਾਂ। ਬੀਜੇਪੀ ਦੀ ਸ਼ਹਿ ਤੇ, ਨਰਿੰਦਰ ਮੋਦੀ ਦੇ ਸ਼ਹਿ ਤੇ ਪੁਲਿਸ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਡਾਂਗਾ ਨਾਲ ਕੁੱਟਿਆ ਗਿਆ। ਆ ਤੁਸੀਂ ਵੇਖ ਸਕਦੇ ਜੀ ਉਸੇ ਤਰ੍ਹਾਂ ਬਾਹਾਂ ਤੇ ਮੀਲ ਪਏ ਆ। ਆ ਕੱਪੜੇ ਵੇਖੋ, ਕੱਪੜੇ ਸਾਰੇ ਪਾੜ ਦਿੱਤੇ ਗਏ ਆ। ਧੂ ਧੂ ਕੇ ਡਾਂਗਾ ਨਾਲ ਕੁੱਟਿਆ ਗਿਆ। ਤੇ ਇਹ ਉਦੋਂ ਕੋਈ ਨੇਤਾ ਕਰਦਾ ਆ ਜਦੋਂ ਉਹਨੂੰ ਡਰ ਹੋਵੇ, ਸੱਤਾ ਚੋਂ ਜਾਣ ਦਾ ਡਰ ਹੋਵੇ। ਨਰਿੰਦਰ ਮੋਦੀ ਨੂੰ ਲੋਕੀ ਸੱਤਾ ਚੋਂ ਬਾਹਰ ਕਰਨਗੇ। ਇੰਡੀਆ ਅਲਾਇੰਸ ਵਾਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਆ। ਇਹ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲੈਣ, ਸਾਨੂੰ ਜੇਲ੍ਹਾਂ 'ਚ ਬੰਦ ਕਰ ਲੈਣ।